ਤੇ ਦੂਜੇ ਪਾਸੇ ਹਨੀ ਪਹਿਲਵਾਨ ਡੇਰਾ ਬਾਬਾ ਨਾਨਕ ਪੰਜਾਬ ਦੀ ਧਰਤੀ ਬੜੀ ਵਧੀਆ ਕੁਸ਼ਤੀ ਰੈਫਰੀ ਹੋਣਗੇ ਸਾਡੇ ਕਰਤਾਰ ਪਹਿਲਵਾਨ ਜੀ ਔਰ ਸਾਡੇ ਦਰਮਿਆਨ ਬਹੁਤ ਹੀ ਮਾਣਯੋਗ ਸ਼ਖਸੀਅਤਾਂ ਜਿਹੜੀਆਂ ਸਾਡੇ ਦਰਮਿਆਨ ਪੁੱਜ ਗਈਆਂ ਨੇ ਆ ਗਏ ਛੇ ਮਿੰਟ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਰਦਿਕ ਸਵਾਗਤ ਮੋਸਟ ਵੈਲਕਮ ਹੈ ਆਪਣੇ ਪੂਰੀ ਜਨਰਲ ਕਮੇਟੀ ਵੱਲੋਂ ਔਰ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਇੱਕ ਪਾਸੇ ਕਰਨੈਲ ਹੈ ਤੇ ਨਾਲੇ ਹਨੀ ਹੈ ਵੀ ਡੇਰਾ ਬਾਬਾ ਨਾਨਕ ਪੰਜਾਬ ਪੱਲੇ 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 ਤਾੜੀ ਤਾੜੀ ਲਾ ਦਿਓ ਦਰਸ਼ਕੋ ਬੜੀ ਵਧੀਆ ਕੋਲੀ ਇਸ ਗੱਭਰੂ ਦੀ ਉਹ ਪੱਲੇ 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 ਵਾਵੇ ਨਹੀਂ ਉਹ ਰਿਸਾ ਇਹਦਾ ਹੱਟ ਪਿੱਛੇ ਉਹ ਮਿੱਤਰਾਂ ਦੀ ਕੁੱਛ ਦਾ ਸਵਾਲ ਹੈ ਨਹੀਂ ਉਹ ਰਿਸਾ ਕਹਿੰਦਾ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭਾਬੜ ਬੱਚੇ ਚੰਗਿਆਰੇ ਦਾ ਉਹ ਰਾਜੇ ਖੁੱਲੇ ਹੌਸਲੇ ਦੀ ਚਿੱਤ ਹੁੰਦੀ ਮੁੱਲ ਪੈਂਦਾ ਨੀ ਫੋਕੇ ਲਲਕਾਰਿਆਂ ਦਾ ਉਹ ਪੱਲੇ 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 ਵਾਵੇ ਨਹੀਂ ਉਹ ਰਿਸਾ ਭਾਈ ਜਿੰਨੀ ਵਧੀਆ ਕੁਸ਼ਤੀ ਹੈ ਦਰਸ਼ਕੋ ਤਾੜੀ ਨੀ ਲਾਈ ਤੁਸੀਂ ਸਵਾਦ ਪੂਰਾ ਲੈਣਾ ਤਾੜੀ ਜੋਰਦਾਰ ਲਾ ਦੇ ਲਾਈਓ ਰਿਸਾ ਉਹ ਪੱਲੇ 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 ਵਾਹ ਬਈ ਵਾਹ ਆ ਕਰਨੈਲ ਹੈ ਵੀ ਰਿਆਸੀ ਵਾਲਾ ਜਿਹੜਾ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਕਰ ਗਿਆ ਵਾਕਿਆ ਇਹ ਹੁੰਦੀ ਹੈ ਕੁਸ਼ਤੀ ਦਰਸ਼ਕ ਵੀ ਦੇਖੋ ਬਾਹਰੋਂ